ਭਾਈ ਤੇਰੇ ਹੀ ਲੱਛਣ ਤੇਰੇ ਠੀਕ ਨਹੀਂ ਹੈ, ਸਾਡੀਆਂ ਦਾੜੀਆਂ ਉਹਦੀ ਸਾਨੂੰ ਰੱਖ ਮਾਂ ਵੱਡੀ ਹੈ, ਦੱਸਤਾ ਸੀ ਕਿਆ ਕਰਨਾ ਪਹਿਲਾਂ ਤੂੰ ਸ਼ਰਾਬ ਕਦੇ ਪੀਤੀ, ਮੈਨੂੰ ਤਾਂ ਇਸ ਗੱਲ ਦਾ ਗੁੱਸਾ ਆਇਆ। ਬੰਦੇ ਕਹੀ ਜਾਂਦੇ ਆ ਠੇਕੇ ਵਿੱਚ ਵਾਂਡੇ ਖਾਣਾ ਸ਼ਰਾਬ ਪੀਣਾ ਜਾ ਕੇ ਬਾਣਾ ਪਾ ਕੇ ਚੰਗਾ ਲੱਗਦਾ ਵਾਲੇ ਕੰਮ ਦੇਖ ਲਿਆ, ਫਿਰ ਜੇ ਹੁਣ ਦੇਖ ਲਿਆ ਗਰੀਬਾਂ ਦੀ ਰੱਖਿਆ ਕਰਨ, ਤੁਸੀਂ ਗਰੀਬ ਪੁੱਟਣ ਲੱਗੇ, ਸਮਝ ਨਹੀਂ ਆਉਂਦੀ ਸਾਹਮਣੇ ਜਵਾਬ ਕਈ ਸੁਣਿਆ ਜਵਾਬ ਗਲਤੀ ਬਾਬਾ ਜੀ ਮਾਫ਼ ਕਰ ਦੋ, ਚੱਲ ਬਾਬਾ ਜੀ ਸੱਚੀ ਗੱਲ ਦੱਸੋ, ਇਨਸਾਨ ਤੇ ਗਲਤੀ ਹੋਣੀ ਹੈ, ਸ਼ਰਾਬ ਤਾਂ ਪੀ ਹੋਗੀ ਨਾ, ਪੀ ਹੋਗੀ ਸ਼ਰਾਬ ਦੀ ਮਾਫ਼ੀ ਮੰਗ ਲਈ, ਇੰਨੀ ਬਹੁਤ ਥੱਪੜ ਮਾਰ ਲਓ, ਦੱਸੋ ਥੱਪੜ ਵੱਡਾ ਭਰਾ ਜੋ ਅੱਜ ਇਸ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਮੱਤ ਭਾਗਾ ਹਰਕਤ ਹੋਈ ਹੈ, ਇੱਕ ਨੰਗ ਸਿੰਘ ਵੱਲੋਂ ਕੀਤੀ ਗਈ ਆ, ਅਸੀਂ ਰਾਹਗੀਰ ਜਿਹਦੇ ਵਿੱਚ ਭਗਵੰਤ ਸੱਜਣ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ, ਉਹਦਾ ਨਿਪਟਾਰਾ ਕਰਦੇ ਹਾਂ, ਉਸ ਗਰੀਬ ਵੱਲ ਦੇਖਦੇ ਹਾਂ, ਸਭ ਨੇ ਜੋ ਤਿਲ ਫੁੱਲ ਹੋਇਆ, ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਇਆ ਅਤੇ ਬਾਕੀਆਂ ਨੇ 100 ਰੁਪਇਆ ਇਕੱਠਾ ਕਰਕੇ 1200 ਰੁਪਇਆ ਇਸ ਬੱਚੇ ਨੂੰ ਦਿੱਤਾ, ਜਿਹਦਾ ਨੁਕਸਾਨ ਹੁੰਦਾ ਕੁਛ ਥੋੜ੍ਹਾ ਬਹੁਤਾ ਇਹ ਜਰ ਲਏਗਾ, ਕੁਛ ਸੰਗਤ ਨੇ ਜਰ ਲਿਆ, ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਦਨਾਮੀ। ਇਸ ਬੰਦੇ ਨੇ ਨਿਹੰਗ ਨੇ ਸ਼ਰਾਬ ਵੀ ਪੀਤੀ, ਨਿਹੰਗ ਸਿੰਘ ਖੁਦ ਕਹਿੰਦਾ, ਖੁਦ ਤੁਹਾਡੀ ਵੀਡੀਓ 'ਚ ਕਹਿਦਾ ਕਿ ਇਹਨਾਂ 'ਤੇ ਗਲਤੀ ਹੋਈ ਹੈ, ਇਹਨਾਂ ਨੇ ਸ਼ਰਾਬ ਪੀਤੀ ਹੈ, ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ, ਇਹ ਮਸਤੀ ਹੈ। ਮੈਂ ਇਹੀ ਬੇਨਤੀ ਕਰਦਾ ਬੁੱਢਾ ਦਲ ਮੁਖੀ ਸਾਹਿਬ ਨੂੰ ਕਿ ਇਹਨਾਂ 'ਤੇ ਨੱਥ ਪਾਓ, ਪਰਿਵਾਰ 'ਚ ਵੀ ਬੰਦਾ ਗਲਤ ਆ ਜਾਂਦਾ, ਬੱਚਾ ਗਲਤ ਜੰਮ ਪੈਂਦਾ, ਪਰ ਇਹਨਾਂ 'ਤੇ ਨੱਥ ਪਾਓ ਤਾਂ ਕਿ ਮੱਤ ਭਾਗੀਆਂ ਭਾਗੀਆਂ ਹਰਕਤਾਂ ਨੂੰ ਰੋਕਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੱਲ ਇਹ ਹੈ ਕਿ ਇਹੀ ਸੱਜਣ ਪਰਸੋਂ 2 ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ, ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਥੇ ਸਰਾਣਾ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਆਨੰਦ ਕਾਰਜ ਦਾ ਸੀਨ ਕਰ ਰਹੇ ਸੀ, ਇਹੀ ਸੱਜਣ ਮੂਹਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ, ਅਤੇ ਅੱਜ ਇਹ ਸੱਜਣ 2 ਦਿਨ ਬਾਅਦ ਕੀ ਕਰ ਰਿਹਾ,
ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐਂ ਹੋ ਗਿਆ। ਇਹ ਬੰਦੇ ਪ੍ਰਵਾਸੀ ਭਰਾ ਨੇ, ਸਾਡੇ ਭੈਣ ਭਰਾ ਵੀ ਬਾਹਰਲੀਆਂ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ, ਇਹ ਆਪਣਾ ਰੁਜ਼ਗਾਰ ਚਲਾ ਰਹੇ ਹੈ, ਇਹਦਾ ਨੁਕਸਾਨ ਕਰਕੇ ਕੀ ਮਿਲਿਆ? ਜਾਂ ਤਾਂ ਕੋਈ ਇਹਦਾ ਨਿੱਜੀ ਫਾਇਦਾ ਹੋਵੇ, ਕੋਈ ਫਾਇਦਾ ਨਹੀਂ ਸੀ। ਦੂਜੀ ਗੱਲ, ਸਾਡੇ ਸਾਹਮਣੇ ਚਲੋ ਮਾਫ਼ੀ ਮੰਗ ਲਈ ਬੰਦੇ ਨੇ, ਪਰ ਇਹੋ ਜਿਹਾ ਬਾਣਾ ਪਾ ਕੇ ਇਹੋ ਜਿਹੇ ਕੰਮ ਕਰਨੇ, ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ, ਅਸੀਂ ਦੁਨੀਆਂ 'ਚ ਬਦਨਾਮ ਹੁੰਦੇ ਇਹਨਾਂ ਕਰਕੇ। ਸੋ ਕੁਛ ਲੋਕ, ਚੰਦ ਲੋਕ ਹੁੰਦੇ ਨੇ, ਸਾਰੇ ਲੋਕ ਗਲਤ ਨਹੀਂ ਹੁੰਦੇ, ਸਾਡੇ ਕੋਲ ਦੂਜੇ ਵੀ ਸਿੰਘ ਸਾਹਿਬਾਨ ਖੜ੍ਹੇ ਨੇ। ਸੋ ਇਹ ਮਾੜੀ ਗੱਲ ਹੈ, ਜਿਹੜੇ ਇਹੋ ਜਿਹੇ ਤੁਹਾਨੂੰ ਅਨਸਰ ਮਿਲ ਰਹੇ ਹੈ ਉਹ ਕਹਿ ਜਾਣਾ ਚਾਹੀਦਾ, ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹੋ ਜਿਹਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ, ਜਿਹੜਾ ਬਾਣਾ ਪਾ ਕੇ ਬਾਣੇ ਨੂੰ ਕੋਈ ਦੁਕਾਨਦਾਰੀ ਚਲਾਉਂਦਾ, ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ। ਸੋ ਕੋਈ ਨਹੀਂ ਪੁੱਤ, ਤੁਹਾਡਾ ਨੁਕਸਾਨ ਹੋਇਆ, ਧੰਨਵਾਦ ਜੀ, ਗੱਲ ਤੁਹਾਡੇ ਨਾਲ ਹੈ, ਕੋਈ ਨਹੀਂ, ਚਲੋ ਆਪਣੀ ਮਿਹਨਤ ਠੀਕ ਹੈ।